पाकिस्तान दे प्रसिद्ध मनुखी अधिकार कारकुन आसमा जहांगीर दी मौत ते संयुक्त राष्ट्र दे सकत्तर जनरल ने उन्हां नूं श्रद्धांजलि दित्ती है। उन्हां ने न्याय ते समानता नूं लैके आसमा वल्लों चलाईआं गईआं साहसी मुहिमां दी प्रशंसा कीती है। इस हफ्ते दे अखीर विच दिल दा दौरा पैण कारण आसमा दी मौत हो गई सी। संयुक्त राष्ट्र दे जनरल सकत्तर एंटोनियो गुतारेस ने 66 ਸਾਲਾਂ ਵਕੀਲ ਆਸਮਾ ਦੇ ਦੁੱਖ ਵਿੱਚ ਡੁੱਬੇ ਪਰਿਵਾਰ ਨੂੰ ਆਪਣਾ ਸੋਗ ਸੰਦੇਸ਼ ਭੇਜਿਆ। ਆਸਮਾ ਪਾਕਿਸਤਾਨ ਮਨੁੱਖੀ ਅਧਿਕਾਰ ਕਮਿਸ਼ਨ ਦੀ ਸਹਿ ਸੰਸਥਾਪਕ ਸੀ ਅਤੇ ਉਹ ਈਰਾਨ ਵਿੱਚ ਮਨੁੱਖੀ ਅਧਿਕਾਰਾਂ ਤੇ ਸੰਯੁਕਤ ਰਾਸ਼ਟਰ ਦੀ ਵਿਸ਼ੇਸ਼ ਅਧਿਕਾਰੀ ਦੇ ਤੌਰ ਤੇ ਕੰਮ ਕਰ ਚੁੱਕੀ ਹੈ। ਆਸਮਾ ਦੀ ਮੌਤ ਦੀ ਖਬਰ ਦੀ ਪੁਸ਼ਟੀ ਹੋਣ ਮਗਰੋਂ ਸੰਯੁਕਤ ਰਾਸ਼ਟਰ ਮੁਖੀ ਨੇ ਇੱਕ ਬਿਆਨ ਜਾਰੀ ਕਰਕੇ ਆਖਿਆ ਕਿ ਅਸੀਂ ਮਨੁੱਖੀ ਅਧਿਕਾਰਾਂ ਲਈ ਲੜਨ ਵਾਲੀ ਵੱਡੀ ਹਸਤੀ ਨੂੰ ਗਵਾ ਦਿੱਤਾ ਹੈ।